ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਚਰਨਜੀਤ ਸਿੰਘ। ਅਕਸਰ ਹਰ ਇੱਕ ਜ਼ਿਮੀਂਦਾਰ ਦਾ, ਕਿਸਾਨ ਦਾ ਇੱਕ ਵੱਡਾ ਸਹਾਰਾ ਨੇ ਟਿਊਬਵੈੱਲ, ਜਿਹੜੀਆਂ ਮੋਟਰਾਂ ਆਪਣੀਆਂ ਖੇਤਾਂ ਦੇ ਵਿੱਚ ਲੱਗੀਆਂ ਨੇ। ਚਾਹੇ ਆਪਾਂ ਕਿਸੇ ਵੀ ਫਸਲ ਦੀ ਬਿਜਾਈ ਕਰਦੇ ਹਾਂ, ਕਣਕ, ਝੋਨਾ, ਮੱਕੀ, ਜਵਾਰ, ਪਾਣੀ ਦਾ ਪ੍ਰਬੰਧ ਜਿਹੜਾ ਜ਼ਿਆਦਾਤਰ ਟਿਊਬਵੈੱਲ ਇਹਨਾਂ ਮੋਟਰਾਂ ਦੇ ਉੱਪਰ ਹੀ ਜਿਹੜਾ ਉਹ ਨਿਰਭਰ ਕਰਦਾ ਹੈ। ਇਹਨਾਂ ਦੇ ਵਿੱਚ ਜ਼ਿਆਦੀਆਂ ਹੁਣ ਜਿਹੜੀਆਂ ਇੱਥੇ ਸੀਜ਼ਨ ਦੇ ਵਿੱਚ ਆ ਕੇ, ਖਾਸ ਕਰਕੇ ਝੋਨੇ ਦੇ ਵਿੱਚ ਆਪਾਂ ਨੂੰ ਦਿੱਕਤ ਦੇਖਣ ਨੂੰ ਮਿਲਦੀ ਹੈ। ਵਾਰ ਵਾਰ ਆਪਣੀ ਮੋਟਰ ਖਰਾਬ ਹੋ ਜਾਂਦੀ ਹੈ, ਸੜ ਜਾਂਦੀ ਹੈ, ਕਦੀ ਤਾਰ ਸੜ ਜਾਂਦੀ ਹੈ ਅਤੇ ਉਹਦੇ ਕਾਰਨ ਮੋਟਰ ਸੜ ਜਾਂਦੀ ਹੈ। ਕਈ ਵਾਰੀ ਬਿਜਲੀ ਜਿਹੜੀ ਹੈ ਪਿੱਛੋਂ ਖਰਾਬ ਆ ਜਾਂਦੀ ਹੈ ਅਤੇ ਉਹ ਜਿਹੜੀ ਮੋਟਰ ਹੈ ਆਪਣੀ ਖਰਾਬ ਹੋ ਜਾਂਦੀ ਹੈ। ਪਰ ਇਸ ਵੀਡੀਓ ਨੂੰ ਜੇ ਤੁਸੀਂ ਅੱਜ ਐਂਡ ਤੱਕ ਦੇਖਦੇ ਹੋ, ਉਹਦੇ ਇੱਕ ਐਸੀ ਚੀਜ਼ ਦੇ ਨਾਲ ਤੁਹਾਨੂੰ ਮਿਲਾਉਣਾ, ਤੁਸੀਂ ਅਲਾਦੀਨ ਦਾ ਜਿੰਨ ਕਹਿ ਸਕਦੇ ਹੋ, ਉਹਨੂੰ ਮੋਟਰ ਦੇ ਉੱਪਰ ਆਪਾਂ ਰੱਖਣਾ, ਤੁਹਾਡੀ ਮੋਟਰ ਨੂੰ ਸੜਨ ਤੋਂ ਬਚਾਊਗਾ। ਆਪੇ ਛੱਡੂਗਾ ਮੋਟਰ, ਆਪੇ ਪਾਣੀ ਲਾਉਣ ਤੋਂ ਬਾਅਦ ਦੇ ਵਿੱਚ ਬੰਦ ਕਰੂਗਾ, ਤੁਹਾਡੀ ਮੋਟਰ ਦੀ ਰਾਖੀ ਕਰੂਗਾ। ਸਭ ਤੋਂ ਪਹਿਲਾਂ ਜਿਹੜੇ ਕੋਈ ਨਵੇਂ ਜ਼ਿਮੀਂਦਾਰ ਪਹਿਲੀ ਵਾਰੀ ਆਪਣੇ ਚੈਨਲ ਤੱਕ ਪਹੁੰਚੇ ਨੇ, ਸਬਸਕ੍ਰਾਈਬ ਜ਼ਰੂਰ ਕਰ ਲਓ। ਨਾਲ ਲੱਗਾ ਇੱਕ ਜਿਹੜਾ ਬੈਲ ਦਾ ਬਟਨ ਹੈ, ਉਹ ਵੀ ਤੁਸੀਂ ਦਬਾ ਲਓ, ਤਾਂ ਜੋ ਹੋਰ ਅੱਗੇ ਤੋਂ ਵੀ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਵੀਡੀਓ ਜਿਹੜੀਆਂ ਉਹ ਵੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਇਹਨਾਂ ਦਿਨਾਂ ਦੇ ਵਿੱਚ, ਖਾਸ ਕਰਕੇ ਝੋਨੇ ਦੇ ਸੀਜ਼ਨ ਦੇ ਵਿੱਚ, ਜ਼ਿਆਦਾਤਰ ਜਿਹੜੀਆਂ ਆਪਣੀਆਂ ਮੋਟਰਾਂ ਖਰਾਬ ਹੁੰਦੀਆਂ ਨੇ, ਬਿਜਲੀ ਮਹਿਕਮੇ ਨੂੰ ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਦੀ ਅਣਗਹਿਲੀ, ਤਾਰਾਂ ਢਿੱਲੀਆਂ, ਪਿੱਛੋਂ ਕਈ ਵਾਰੀ ਬਿਜਲੀ ਜਿਹੜੀ ਹੈ ਪੂਰੀ ਨਹੀਂ ਆਉਂਦੀ, ਘੱਟ ਬੱਤੀ 'ਤੇ ਆਪਣੀ ਮੋਟਰ ਜਿਹੜੀ ਹੈ ਚੱਲਦੀ ਰਹਿੰਦੀ ਹੈ ਅਤੇ ਉਹ ਸੜ ਜਾਂਦੀ ਹੈ, ਖਰਾਬ ਹੋ ਜਾਂਦੀ ਹੈ। 5-4 ਹਜ਼ਾਰ ਰੁਪਈਆ ਆਪਾਂ ਨੂੰ ਉਹਦੇ ਉੱਤੇ ਫਿਰ ਤੋਂ ਲਾਉਣਾ ਪੈਂਦਾ। ਜਾਂ ਫਿਰ ਜਿਹੜੀ ਸਭ ਤੋਂ ਵੱਡਾ ਮੈਂ ਇੱਕ ਬੰਨਣ ਮੰਨਦਾ, ਇੱਕ ਜਿਹੜੀ ਪ੍ਰੋਬਲਮ ਹੈ ਆਪਾਂ ਨੂੰ, ਕਿ ਕਈ ਵਾਰੀ ਹੁਣ ਰਿਸ਼ਤੇਦਾਰੀ ਦੇ ਵਿੱਚ ਵੀ ਜਾਣਾ ਹੁੰਦਾ, ਕਿਤੇ ਜਾਣਾ ਆਉਣਾ ਹੁੰਦਾ ਅਤੇ ਧਿਆਨ ਹੁੰਦਾ ਯਾਰ ਮੋਟਰ ਛੱਡੀ ਹੈ, ਜਾ ਕੇ ਬੰਦ ਕਰਨੀ ਹੈ, ਪਾਣੀ ਕਿਤੇ ਜ਼ਿਆਦਾ ਨਾ ਹੋ ਜਾਵੇ, ਗੁਆਂਢੀ ਦੀ ਪੈਲੀ ਵਿੱਚ ਨਾ ਪੈ ਜਾਵੇ, ਪਾਣੀ ਜ਼ਿਆਦਾ ਭਰ ਗਿਆ, ਫਸਲ ਖਰਾਬ ਹੋ ਜਾਊਗੀ। ਇਹ ਜਿਹੜੀਆਂ ਜਿੰਨੀਆਂ ਵੀ ਦਿੱਕਤਾਂ ਨੇ ਨਾ, ਇਹਨਾਂ ਸਾਰੀਆਂ ਨੂੰ ਹੱਲ ਕਰ ਦਿੰਦਾ ਹੈ ਜਿਹੜਾ ਲੱਗਾ ਤੁਸੀਂ ਦੇਖ ਰਹੇ ਹੋ, GSM ਪਲੱਸ ਮੋਟਰ ਸਟਾਰਟਰ। ਇਹ ਚੀਜ਼ ਤਾਂ ਛੋਟੀ ਹੈ, ਪਰ ਇਹਦੇ ਗੁਣ ਤੁਸੀਂ ਜਾਣ ਕੇ ਹੈਰਾਨ ਹੋਵੋਗੇ। ਤੁਹਾਡੀ ਮੋਟਰ ਨੂੰ ਸੜਨ ਨਹੀਂ ਦੇਵੇਗਾ ਕਦੇ ਵੀ, ਜਿਹੜੀਆਂ ਮੋਟਰਾਂ ਜ਼ਿਆਦੀਆਂ ਸੜਦੀਆਂ ਨੇ, ਬਿਜਲੀ ਖਰਾਬ ਰਹਿੰਦੀ ਹੈ, ਘੱਟ ਵੱਤ ਬੱਤੀ ਆਉਂਦੀ, ਉਹਦੇ ਕਾਰਨ ਆਪਣੀ ਮੋਟਰਾਂ ਜਿਹੜੀਆਂ ਖਰਾਬ ਹੁੰਦੀਆਂ ਨੇ। ਉੱਥੇ ਤੁਸੀਂ ਇਹ ਜਿਹੜੀ ਚੀਜ਼ ਲਾ ਸਕਦੇ ਹੋ, ਤੁਹਾਡੀ ਮੋਟਰ ਨੂੰ ਕਦੇ ਵੀ ਸੜਨ ਨਹੀਂ ਦੇਵੇਗਾ। ਫੋਨ ਦੇ ਉੱਪਰੋਂ ਤੁਸੀਂ ਆਪਣੀ ਮੋਟਰ ਜਿਹੜੀ ਹੈ ਛੱਡ ਸਕਦੇ ਹੋ ਅਤੇ ਫੋਨ ਦੇ ਉੱਪਰੋਂ ਹੀ ਤੁਸੀਂ ਬੰਦ ਕਰ ਸਕਦੇ ਹੋ। ਚਾਹੇ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਗਏ ਹੋ, ਰਿਸ਼ਤੇਦਾਰੀ ਦੇ ਵਿੱਚ ਗਏ ਹੋ, ਘੁੰਮਣ ਫਿਰਨ, ਚਾਹੇ ਕਿਤੇ ਵੀ ਗਏ ਹੋ, ਆਪਣੀ ਮੋਟਰ ਜਿਹੜੀ ਹੈ ਤੁਸੀਂ ਆਪਣੇ ਮੋਬਾਈਲ ਦੇ ਨਾਲ ਉੱਥੋਂ ਛੱਡ ਸਕਦੇ ਹੋ ਅਤੇ ਉੱਥੋਂ ਹੀ ਬੰਦ ਕਰ ਸਕਦੇ ਹੋ। ਚਾਹੇ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਬੈਠੇ ਹੋ, ਬਸ ਤੁਸੀਂ ਇੱਕ ਬਟਨ ਆਪਣਾ ਹੈ, ਉੱਥੋਂ ਆਪਣੇ ਫੋਨ ਦੇ ਵਿੱਚ ਤੁਹਾਡੀ ਮੋਟਰ ਚੱਲ ਪਵੇਗੀ ਅਤੇ ਉਸੇ ਤਰ੍ਹਾਂ ਇੱਕ ਬਟਨ ਦੇ ਨਾਲ ਉੱਥੋਂ ਤੁਸੀਂ ਇਹਨੂੰ ਜਿਹੜਾ ਬੰਦ ਕਰ ਸਕਦੇ ਹੋ। ਇੰਨਾ ਹੀ ਨਹੀਂ, ਇਹਦੇ ਤੋਂ ਇਲਾਵਾ ਜਿਹੜੀਆਂ ਖੂਬੀਆਂ ਨੇ ਉਹ ਵੀ ਤੁਸੀਂ ਸੁਣੋ। ਮੰਨ ਕੇ ਚੱਲਦੇ ਹਾਂ ਪਿੱਛੋਂ ਬੱਤੀ ਕਿਸੇ ਵੇਲੇ ਖਰਾਬ ਆਉਂਦੀ ਹੈ ਬਿਜਲੀ, ਤਾਂ ਇਹ ਮੋਟਰ ਨੂੰ ਉਸੇ ਵੇਲੇ ਤੁਰੰਤ ਬੰਦ ਕਰਕੇ ਤੁਹਾਡੇ ਫੋਨ ਦੇ ਉੱਪਰ ਮੈਸੇਜ ਕਰੇਗਾ ਕਿ ਬਿਜਲੀ ਖਰਾਬ ਆਈ ਹੈ, ਉਹਦੇ ਕਾਰਨ ਮੋਟਰ ਜਿਹੜੀ ਹੈ ਮੈਂ ਬੰਦ ਕੀਤੀ ਹੈ, ਅਤੇ ਜੇ ਕਿਤੇ ਅੱਗੋਂ ਆਪਣਾ ਜੋੜ ਸੜ ਜਾਂਦਾ ਹੈ, ਕੋਈ ਤਾਰ ਸੜ ਜਾਂਦੀ ਹੈ, ਤਾਂ ਵੀ ਇਹ ਤੁਰੰਤ ਆਪਣੀ ਮੋਟਰ ਜਿਹੜੀ ਹੈ ਬੰਦ ਕਰਕੇ ਤੁਹਾਡੇ ਫੋਨ ਦੇ ਉੱਪਰ ਮੈਸੇਜ ਤੁਹਾਨੂੰ ਕਰੇਗਾ। ਇਹ ਕਿਸਾਨ ਵੇਲਾ ਇੰਡੀਅਨ ਕੰਪਨੀ ਜਿਹੜੀ ਹੈ ਉਹਨੇ ਤਿਆਰ ਕੀਤਾ ਜਿਹੜਾ ਪ੍ਰੋਡਕਟ ਹੈ, ਕਾਫੀ ਬਾ ਕਮਾਲ ਚੀਜ਼ ਹੈ। ਇਹ ਆਪਾਂ ਕਿੱਡੀ ਵੱਡੀ ਚੀਜ਼ ਕਹਿ ਸਕਦੇ ਹਾਂ ਕਿ ਇੰਡੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬਹਿ ਕੇ ਆਪਾਂ ਆਪਣੀ ਮੋਟਰ ਜੇ ਛੱਡ ਲੈਂਦੇ ਹਾਂ, ਤਾਂ ਮੈਂ ਕਹਿ ਸਕਦਾ ਕਿੱਡੀ ਵਧੀਆ ਜਿਹੜੀ ਇੱਕ ਟੈਕਨੋਲੋਜੀ ਆਪਣੇ ਹੱਥ ਦੇ ਵਿੱਚ ਆ ਜਾਂਦੀ ਹੈ। ਰਾਤ ਬਰਾਤੇ ਕਿਸੇ ਵੇਲੇ ਜੇ ਬੱਤੀ ਆਉਂਦੀ ਹੈ, ਲਾਈਟ ਆਉਂਦੀ ਹੈ, ਤਾਂ ਆਪਾਂ ਨੂੰ ਜਾ ਕੇ ਬੰਦ ਕਰਨ ਦੀ, ਮੋਟਰ ਚਲਾਉਣ ਦੀ ਨੌਬਤ ਨਹੀਂ ਹੈ। ਆਪਾਂ ਆਪਣੇ ਫੋਨ ਦੇ ਉੱਪਰੋਂ ਬੈਠੇ ਬੈਠੇ, ਘਰੇ ਬੈਠੇ, ਕਿਤੇ ਵੀ ਬਹਿ ਕੇ ਆਪਣੀ ਮੋਟਰ ਜਿਹੜੀ ਆ ਉਹ ਚਲਾ ਸਕਦੇ ਹਾਂ। ਇਹਨੂੰ ਆਪਣੇ ਸਟਾਰਟਰ ਦੇ ਨਾਲ ਜੋੜਨਾ ਕਾਫੀ ਜ਼ਿਆਦਾ ਆਸਾਨ ਹੈ। ਸਭ ਤੋਂ ਪਹਿਲੇ ਨੰਬਰ 'ਤੇ ਜਿਹੜਾ ਸਿਮ ਪੁਆਇੰਟ ਇਹਦੇ ਵਿੱਚ ਦਿੱਤਾ ਹੈ, ਤੁਸੀਂ ਜੀਓ ਕੰਪਨੀ ਨੂੰ ਛੱਡ ਕੇ ਹੋਰ ਕਿਸੇ ਵੀ ਕੰਪਨੀ ਦੀ ਸਿਮ ਜਿਹੜੀ ਆ ਉਹਦੇ ਵਿੱਚ ਪਾ ਸਕਦੇ ਹੋ, ਅਤੇ ਕਿਸੇ ਵੀ ਆਮ ਜਿਹੜਾ ਮਿਸਤਰੀ ਤੁਹਾਡਾ ਮੋਟਰਾਂ ਦਾ ਕੰਮ ਕਰਦਾ ਹੈ ਉਹ ਇਹਨੂੰ ਤੁਹਾਡੇ ਸਟਾਰਟਰ ਦੇ ਨਾਲ ਕਨੈਕਟ ਕਰ ਦੇਵੇਗਾ। ਜੇ ਫਿਰ ਵੀ ਤੁਹਾਨੂੰ ਕਿਸੇ ਗੱਲ ਦੀ ਸਮਝ ਨਹੀਂ ਲੱਗਦੀ ਤਾਂ ਤੁਹਾਨੂੰ ਥੱਲੇ ਇੱਕ ਵੀਡੀਓ ਦਾ ਲਿੰਕ ਵੀ ਦਿੱਤਾ ਜਾਵੇਗਾ, ਤੁਸੀਂ ਉਹ ਵੀਡੀਓ ਵੇਖ ਕੇ ਵੀ ਖੁਦ ਆਪੇ ਇਹਦੀਆਂ ਤਾਰਾਂ ਜਿਹੜੀਆਂ ਸਟਾਰਟਰ ਦੇ ਨਾਲ ਕਨੈਕਟ ਕਰ ਸਕਦੇ ਹੋ। ਕਨੈਕਟ ਹੋਣ ਤੋਂ ਬਾਅਦ ਦੇ ਵਿੱਚ ਜਿਵੇਂ ਤੁਸੀਂ ਦੇਖੀ ਜਾਂਦੇ ਹੋ, ਤੁਸੀਂ ਆਪਣੇ ਫੋਨ ਤੋਂ ਨੰਬਰ ਮਿਲਾਉਣਾ ਹੈ, ਜਿਹੜੀ ਸਿਮ ਤੁਸੀਂ ਇਹਦੇ ਵਿੱਚ ਪਾਈਏ ਉਹਦਾ ਨੰਬਰ, ਅਤੇ 7 ਨੱਪਣ 'ਤੇ ਤੁਹਾਡੀ ਮੋਟਰ ਜਿਹੜੀ ਹੈ ਚਾਲੂ ਹੋ ਜਾਵੇਗੀ। ਜੇ 9 ਤੁਸੀਂ ਦਬਾਓਗੇ ਤਾਂ ਤੁਹਾਡੀ ਮੋਟਰ ਜਿਹੜੀ ਆ ਇਹ ਬੰਦ ਕਰ ਦੇਵੇਗਾ। ਹੁਣ ਗੱਲ ਆਉਂਦੀ ਹੈ ਇਹਨੂੰ ਮੰਗਾਈਏ ਕਿਵੇਂ ਅਤੇ ਇਹਦੀ ਕੀਮਤ ਕੀ ਹੈ। ਇਹਨੂੰ ਮੰਗਾਉਣ ਦੇ ਲਈ ਤੁਸੀਂ ਕਿਸਾਨ ਵੇਲਾ ਕੰਪਨੀ ਦੇ ਨਾਲ ਕੰਟੈਕਟ ਕਰ ਸਕਦੇ ਹੋ, ਉਹਨਾਂ ਦੇ ਨੰਬਰ ਜਿਹੜੇ ਹੇਠਾਂ ਸ਼ੋਅ ਕੀਤੇ ਜਾਣਗੇ, ਜਾਂ ਤੁਸੀਂ ਉਹਨਾਂ ਦੀ ਮੋਬਾਈਲ ਐਪ ਜਾਂ ਵੈਬਸਾਈਟ ਦੇ ਉੱਪਰ ਜਾ ਕੇ ਕਨੈਕਟ ਕਰ ਸਕਦੇ ਹੋ, ਅਤੇ ਕੈਸ਼ ਔਨ ਡਿਲੀਵਰੀ ਜਦੋਂ ਇਹ ਪ੍ਰੋਡਕਟ ਤੁਹਾਡੇ ਘਰ ਪਹੁੰਚ ਜਾਵੇਗਾ ਉਦੋਂ ਤੁਸੀਂ ਇਹਦੀ ਪੇਮੈਂਟ ਜਿਹੜੀ ਹੈ ਪੂਰੀ ਉਹਨਾਂ ਨੂੰ ਕਰਨੀ ਹੈ। ਇਹਦੀ ਕੀਮਤ ਦੀ ਜੇ ਆਪਾਂ ਗੱਲ ਕਰਦੇ ਹਾਂ, ਇਹਦੇ ਵਿੱਚ 2 ਵੇਰੀਐਂਟ ਜਿਹੜੇ ਤੁਹਾਨੂੰ ਮਿਲਣਗੇ। ਸਭ ਤੋਂ ਪਹਿਲੇ ਨੰਬਰ 'ਤੇ GSM ECO, ਇਹਦੀ ਕੀਮਤ ਜਿਹੜੀ ਹੈ ਤਕਰੀਬਨ 5500 ਰੁਪਏ, ਅਤੇ ਇਹਦੇ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਆਪਾਂ ਲਵਾਇਆ GSM ਪਲੱਸ, ਇਹਦੀ ਕੀਮਤ ਹੈ 7000 ਰੁਪਏ, ਅਤੇ 1 ਸਾਲ ਇਹਦੀ ਜਿਹੜੀ ਹੈ ਵਾਰੰਟੀ ਆਪਾਂ ਨੂੰ ਇਹਦੇ ਨਾਲ ਮਿਲਦੀ ਹੈ। ਜੱਟਾਂ ਦੇ ਲਈ, ਜ਼ਿਮੀਂਦਾਰਾਂ ਦੇ ਲਈ ਕਾਫੀ ਵਧੀਆ ਟੈਕਨੋਲੋਜੀ ਹੈ। ਆਪਾਂ ਕਿਤੇ ਵੀ ਗਏ ਹਾਂ, ਜਾ ਕੇ
ਕਿ ਆਪਣੀ ਮੋਟਰ ਵਾਰ ਵਾਰ ਖਰਾਬ ਹੋਣ ਤੋਂ ਬਚਦੀ ਹੈ। ਇੱਕ ਵਾਰ ਜੇ ਆਪਣੀ ਮੋਟਰ ਖਰਾਬ ਹੁੰਦੀ ਹੈ 3-4 ਹਜ਼ਾਰ ਰੁਪਇਆ ਉਹਦਾ ਉੱਪਰ ਜਿਹੜਾ ਲੱਗ ਜਾਂਦਾ ਹੈ। ਅਤੇ ਜੇ ਮੰਨ ਕੇ ਚੱਲਦੇ ਹਾਂ 5 ਸਾਲ ਤੱਕ ਕੰਪਨੀ ਕਹਿੰਦੀ ਹੈ ਕਿ ਇਹ ਚੱਲਦਾ ਹੈ, ਜੇ ਆਪਾਂ ਮੰਨ ਕੇ ਆਪਣੇ ਵੱਲੋਂ ਚੱਲਦੇ ਹਾਂ ਕਿ 3 ਸਾਲ ਵੀ ਇਹ ਕੱਢ ਜਾਂਦਾ ਹੈ, ਤਾਂ 3 ਸਾਲ ਦੇ ਵਿੱਚ ਆਪਣੇ ਕਿੰਨੇ ਪੈਸੇ ਜਿਹੜੇ ਆ ਮੋਟਰ ਖਰਾਬ ਹੋਣ ਦੇ ਬਚਾ ਦਿੰਦਾ ਹੈ। ਅਤੇ ਆਪਣਾ ਸਿਰ ਦਰਦ ਜਿਹੜਾ ਹੈ ਵਾਰ ਵਾਰ ਰਾਤ ਨੂੰ ਉੱਠ ਕੇ ਜਾਣਾ, ਮੋਟਰ ਨੂੰ ਛੱਡਣਾ ਚਲਾਉਣਾ ਰਾਤ ਨੂੰ ਜਦੋਂ ਬਿਜਲੀ ਆਉਂਦੀ ਹੈ, ਉਹ ਆਪਾਂ ਨੂੰ ਕਾਫੀ ਵੱਡੀ ਸਹੂਲਤ ਜਿਹੜੀ ਇਹਦੇ ਵਿੱਚੋਂ ਮਿਲਦੀ ਹੈ। ਇਸ ਚੀਜ਼ ਦੇ ਬਾਰੇ ਜ਼ਿਆਦਾ ਜਾਣਕਾਰੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਹੇਠਾਂ ਨੰਬਰ ਦੇ ਉੱਪਰ ਕਨੈਕਟ ਕਰ ਸਕਦੇ ਹੋ। ਵੀਡੀਓ ਦੇ ਵਿੱਚ ਇਹੀ ਕੁਝ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ। ਬਹੁਤ ਬਹੁਤ ਧੰਨਵਾਦ।